ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਧਨੀ ਰਾਮ ਚਾਤਰਕ ਬਾਰੇ। ਇਹ 11ਵੀਂ ਜਮਾਤ ਯਾਨੀ ਪਲੱਸ ਵਨ ਪੰਜਾਬੀ ਇਲੈਕਟ ਚੋਣਵੀਂ ਪੰਜਾਬੀ ਇਲੈਕਟ 11ਵੀਂ ਜਮਾਤ ਦਾ ਇਹ ਮਹੱਤਵਪੂਰਨ ਤਬਕਾ ਧਨੀ ਰਾਮ ਚਾਤਰਕ 1876 ਤੋਂ 1954। ਧਨੀ ਰਾਮ ਚਾਤਰਕ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿਤਾ ਸ੍ਰੀ ਪੋਹਮਲ ਅਤੇ ਮਾਤਾ ਸ਼੍ਰੀਮਤੀ ਲਕਸ਼ਮੀ ਦੇਵੀ ਦੇ ਘਰ ਪਿੰਡ ਪੱਛੀਆਂ ਵਾਲਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ। ਲਾਲਾ ਧਨੀ ਰਾਮ ਚਾਤਰਕ ਪੰਜਾਬੀ ਦੇ ਆਧੁਨਿਕ ਸ਼੍ਰੋਮਣੀ ਕਵੀਆਂ ਵਿੱਚੋਂ ਸਨ। ਜੀਵਨ ਦਾ ਬਹੁਤਾ ਸਮਾਂ ਅੰਮ੍ਰਿਤਸਰ ਹੀ ਬਿਤਾਇਆ। ਆਪ ਦੇ ਨੇ ਭਾਈ ਵੀਰ ਸਿੰਘ ਦੇ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਵੀ ਕੀਤੀ। ਆਪ ਦੀਆਂ ਸਾਹਿਤਕ ਰਚਨਾਵਾਂ ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ, ਨੂਰ ਜਹਾਂ, ਬਾਦਸ਼ਾਹ ਬੇਗਮ, ਭਰਥਰ ਹਰੀ, ਨਾਲ ਦਮਿਆਂਤੀ ਆਦਿ ਹਨ। ਧਨੀ ਰਾਮ ਚਾਤਰਕ ਦੀ ਕਵਿਤਾ ਵਿੱਚ ਪੰਜਾਬ ਦਾ ਸੱਭਿਆਚਾਰ ਠਾਠਾ ਮਾਰਦਾ ਹੈ। ਪੰਜਾਬੀ ਬੋਲੀ ਨਾਲ ਪਿਆਰ ਵੀ ਫੁੱਟ ਫੁੱਟ ਪੈਂਦਾ ਹੈ। ਆਪ ਦੀ ਭਾਸ਼ਾ ਬਹੁਤ ਸਰਲ ਅਤੇ ਠੇਠ ਪੰਜਾਬੀ ਹੈ। ਗੁਰੂ ਰੂਪ ਗ੍ਰੰਥ, ਨਾਮ ਦੇ ਜਹਾਨ, ਪੰਥ ਖਾਲਸੇ ਦੀ ਜਿੰਦ ਜਾਨ, ਗੁਰੂ ਰੂਪ ਗ੍ਰੰਥ ਕਰਾਂ ਜਸ ਕੀ ਬਿਆਨ ਤੇਰਾ, ਲੋਕ ਪਰਲੋਕ ਦੇ ਸਹਾਈ, ਤੂੰ ਇਹ ਜਾਪਨਾ ਇਹ ਧਰਤ ਅੱਗੇ ਧਰਤ ਉੱਤੇ, ਅੰਗਿਆਰ ਦੇ ਗਿਆਨ ਅਸਮਾਨ ਤੇਰਾ, ਰੌਸ਼ਨ ਜਹਾਨ ਜਾਪੇ ਤੇਰੀ ਰੁਸ਼ਨਾਈ ਨਾਲ, ਜਰਿਆਂ ਦੇ ਸੀਨੇ ਵਿੱਚ ਲਿਸ਼ਕਦਾ ਏ ਭਾਣ ਤੇਰਾ, ਊਚ ਨੀਚ ਰਾਉ ਰੰਕ ਖਾ ਰਿਹਾ ਹੈ ਇਹ ਦਾਨ ਤੇਰਾ, ਦੇਸ਼ ਪ੍ਰਦੇਸ਼ ਵਿੱਚ ਝੂਲਦਾ ਨਿਸ਼ਾਨ ਤੇਰਾ। ਪ੍ਰਸੰਗ, ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਧਨੀ ਰਾਮ ਚਾਤਰਕ ਦੀ ਕਵਿਤਾ ਗੁਰੂ ਰੂਪ ਗ੍ਰੰਥ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਗਾਈ ਹੈ। ਵਿਆਖਿਆ, ਕਵੀ ਕਹਿੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ, ਤੂੰ ਮਨੁੱਖ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲਾ ਪਰਮਾਤਮਾ ਦਾ ਨਾਮ ਦਾ ਜਹਾਜ਼ ਹੈ, ਤੂੰ ਖਾਲਸੇ ਦੀ ਜਿੰਦ ਜਾਨ ਹੈ, ਗੁਰੂ ਰੂਪ ਗ੍ਰੰਥ, ਮੈਂ ਤੇਰੀ ਵਡਿਆਈ ਨੂੰ ਬਿਆਨ ਕਰਨ ਦੀ ਸਮਰੱਥਾ ਨਹੀਂ ਰੱਖਦਾ, ਤੂੰ ਹੀ ਮਨੁੱਖ ਦੀ ਇਸ ਲੋਕ ਵਿੱਚ ਅਤੇ ਅੱਗੇ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲਾ ਜਾਪਦਾ ਹੈ।
ਤੇਰਾ ਗਿਆਨ ਦਾ ਤੇਰੇ ਗਿਆਨ ਦਾ ਆਕਾਸ਼ ਸਾਰੀ ਧਰਤੀ ਉੱਤੇ ਪਸਰਿਆ ਹੋਇਆ ਹੈ। ਮੈਨੂੰ ਤਾਂ ਸਾਰਾ ਮੈਨੂੰ ਤਾਂ ਸਾਰੀ ਸੰਸਾਰ ਹੀ ਤੇਰਾ ਗਿਆਨ ਦੀ ਚਾਨਣ ਨਾਲ ਰੋਸ਼ਨ ਹੋਇਆ ਦਿਖਾਈ ਦਿੰਦਾ ਹੈ। ਇਸ ਜਹਾਨ ਦੇ ਕਿਣਕੇ ਕਿਣਕੇ ਵਿੱਚ ਤੂੰ ਤੇਰੇ ਸੂਰਜ ਦਾ ਚਾਨਣ ਹੀ ਲਿਸ਼ਕ ਰਿਹਾ ਹੈ। ਸਾਰੇ ਉੱਚੇ ਨੀਵੇਂ ਕਹੇ ਜਾਣ ਵਾਲੇ ਲੋਕਾਂ ਅਤੇ ਅਮੀਰ ਗਰੀਬ ਸਭ ਤੇਰਾ ਦਿੱਤਾ ਦਾਨ ਹੀ ਖਾ ਰਹੇ ਹਨ। ਦੇਸਾਂ ਪ੍ਰਦੇਸਾਂ ਵਿੱਚ ਹਰ ਪਾਸੇ ਤੇਰੇ ਨਿਸ਼ਾਨ ਝੁੱਲ ਰਹੇ ਹਨ। ਚਾਨਣ ਮੁਨਾਰੇ ਤੇਰੇ ਪੰਜਵੇਂ ਸਰੂਪ ਜਦੋਂ ਆਰਾਮ ਸਾਰ ਬੈਠ ਕੇ ਉਸਾਰੀ ਤੇਰੀ ਲਾਈ ਸੀ। ਤੇਰੇ ਦਰਵਾਜ਼ੇ 'ਤੇ ਸਲਾਮੀਆਂ ਚੜ੍ਹਾਉਣ ਲਈ ਸਾਰੇ ਨੇਕ ਬੰਦਿਆਂ ਦੀ ਰੂਹ ਤੁਰ ਆਈ ਸੀ। ਆਦ ਵਿੱਚ ਜੀਵਨ ਦੀ ਇੱਟ ਧਰੀ ਆਪ ਗੁਰਾਂ ਛੇਕੜੇ ਮੁਦਾਵਣੀ ਦੀ ਮੋਹਰ ਲਗਾਈ ਸੀ। ਜੁਗੋਂ ਜੁਗ ਜਾਗਦੀ ਜਹਾਨ ਨੂੰ ਜਗਾਉਣ ਵਾਲੀ ਸੱਚਖੰਡ ਜੋਤ ਗਈ ਜੱਗ 'ਤੇ ਜਗਾਈ ਸੀ। ਪ੍ਰਸੰਗ ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਦੀ ਇਤਿਹਾਸ ਪੁਸਤਕ ਵਿੱਚ ਦਰਜ ਧਨੀ ਰਾਮ ਚਾਤਰਕ ਦੀ ਕਵਿਤਾ ਗੁਰੂ ਰੂਪ ਗ੍ਰੰਥ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਵਿੱਚ ਕਵੀ ਨੇ ਗੁਰੂ ਗ੍ਰੰਥ ਦੀ ਮਹਿਮਾ ਗਾਈ ਹੈ। ਵਿਆਖਿਆ ਕਵੀ ਕਹਿੰਦਾ ਹੈ, ਹੇ ਦੁਨੀਆ ਨੂੰ ਰੂਹਾਨੀ ਚਾਨਣ ਦੇਣ ਵਾਲੇ ਮੁਨਾਰੇ ਗੁਰੂ ਗ੍ਰੰਥ ਸਾਹਿਬ ਜੀ, ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਆਰਾਮ ਸਰ ਬੈਠ ਕੇ ਤੇਰੀ ਸੰਪਾਦਨਾ ਦਾ ਕੰਮ ਕੀਤਾ ਤਾਂ ਤੇਰੇ ਦਰਵਾਜ਼ੇ ਉੱਤੇ ਆਉਣ ਵਾਲੇ ਉੱਤੇ ਆਪਣਾ ਸਿਰ ਝੁਕਾਉਣ ਲਈ ਉਸ ਸਮੇਂ ਦੇ ਬਹੁਤ ਸਾਰੇ ਨੇਕ ਸੰਤ ਭਗਤ ਬੰਦਿਆਂ ਦੀਆਂ ਰੂਹਾਂ ਆਪ ਤੁਰ ਕੇ ਆਈਆਂ ਸਨ। ਗੁਰੂ ਅਰਜਨ ਜੀ ਨੇ ਸਭ ਤੋਂ ਪਹਿਲਾਂ ਤੇਰਾ ਜੀਵਨ ਸਰੂਪ ਦੀ ਨੀਂਹ ਦੀ ਇੱਟ ਆਪਣੇ ਹੱਥਾਂ ਨਾਲ ਰੱਖੀ ਅਤੇ ਅਖੀਰ ਵਿੱਚ ਆਪਣੇ ਮੁਦਾਵਣੀ ਦੇ ਸਲੋਕ ਨੂੰ ਲਿਖ ਕੇ ਸੰਪਾਦਨਾ ਦਾ ਅੰਤ ਹੋਣ ਦੀ ਮੋਹਰ ਲਾਈ। ਇਸ ਤਰ੍ਹਾਂ ਗੁਰੂ ਜੀ ਨੇ ਆਪ ਦੁਨੀਆ ਨੂੰ ਹਰ ਯੁੱਗ ਵਿੱਚ ਜਗਾਈ ਰੱਖਣ ਵਾਲੀ ਸ਼ਕਤੀ ਦੀ ਜੋਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਗਾ ਦਿੱਤੀ। ਰੱਬੀ ਤਰਜਮਾਨਾ, ਸੱਚੇ ਹੀਰਿਆਂ ਦੀ ਖਾਣ ਤੇਰੀ ਸ਼ਾਨ ਅਤੇ ਪਵਿੱਤਰ ਬਿਆਨ ਤੋਂ ਨਿਆਰੀ ਏ। ਪ੍ਰੇਮ ਰੰਗ ਰੰਗੀ ਹੋਈ, ਖੂਨ ਨਾਲ ਸਿੰਜੀ ਹੋਈ ਕੰਟਕ ਵਿਹੀਨ ਤੇਰੀ ਫੁੱਲਾਂ ਦੀ ਕਿਆਰੀ ਏ। ਨਾਮ ਦਾ ਭੰਡਾਰਾ, ਦੀਨ ਦੁਨੀਆ ਦਾ ਸਹਾਰਾ ਰੂਪ,
ਜੀਵਨ ਦੀ ਜੋਤ ਤੇਰੀ, ਪ੍ਰੇਮ ਦੀ ਖੁਮਾਰੀ ਏ। ਸੀਨੇ ਸਤਿਕਾਰ ਤੇਰਾ, ਬਾਹੀ ਬਲਕਾਰ ਤੇਰੀ ਤੇਰਾ, ਜੀਵਾ ਤੇ ਉਚਾਰ ਤੇਰਾ, ਜਾਨ ਤੇਥੋਂ ਵਾਰੀ ਏ। ਪ੍ਰਸੰਗ ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਦੀ ਇਤਿਹਾਸ ਪੁਸਤਕ ਵਿੱਚ ਦਰਜ ਧਨੀ ਰਾਮ ਚਾਤਰਿਕ ਦੀ ਕਵਿਤਾ ਗੁਰੂ ਰੂਪ ਗ੍ਰੰਥ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਨੂੰ ਗਾਇਆ ਹੈ। ਵਿਆਖਿਆ ਕਵੀ ਕਹਿੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਤੂੰ ਰੱਬ ਸੰਬੰਧੀ ਗੱਲਾਂ ਦੀ ਵਿਆਖਿਆ ਕਰਨ ਵਾਲਾ ਹੈ। ਤੇਰੇ ਅੰਦਰ ਰੂਹਾਨੀ ਵਿਚਾਰਾਂ ਦੇ ਸੁੱਚੇ ਹੀਰਿਆਂ ਦੀ ਖਾਣ ਮੌਜੂਦ ਹੈ। ਤੇਰੀ ਸ਼ਾਨ ਅਤੇ ਪਵਿੱਤਰਤਾ ਬਿਆਨ ਵਿੱਚ ਨਹੀਂ ਆ ਸਕਦੀ। ਤੇਰੇ ਵਿੱਚ ਮੌਜੂਦ ਪ੍ਰਭੂ ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ, ਕੁਰਬਾਨੀਆਂ ਦੇ ਖੂਨ ਨਾਲ ਸਿੰਜੀ ਹੋਈ, ਫੁੱਲਾਂ ਦੀ ਕਿਆਰੀ ਵਿੱਚ ਕੀ ਚੁਭਣ ਵਾਲਾ ਕੰਡਾ ਨਹੀਂ। ਤੂੰ ਨਾਮ ਦਾ ਭੰਡਾਰ ਹੈ, ਦੀਨ ਦੁਨੀਆ ਦਾ ਸਹਾਰਾ ਹੈ। ਤੇਰੇ ਵਿੱਚ ਮੌਜੂਦ ਰੱਬੀ ਪ੍ਰੇਮ ਦੀ ਖੁਮਾਰੀ ਸਾਡੇ ਜੀਵਨ ਦੀ ਜੋਤ ਜਗਾਈ ਰੱਖਦੀ ਹੈ। ਸਾਡੇ ਸੀਨੇ ਵਿਚਲਾ ਦਿਲ ਤੇਰੇ ਲਈ ਸਤਿਕਾਰ ਨਾਲ ਭਰਿਆ ਹੈ। ਸਾਡੀਆਂ ਬਾਹਾਂ ਵਿੱਚ ਤੇਰੀ ਹੀ ਤਾਕਤ ਹੈ। ਸਾਡੀ ਜੀਵ ਹਰ ਸਮੇਂ ਤੇਰਾ ਨਾਮ ਉਚਾਰਦੀ ਹੈ ਅਤੇ ਅਸੀਂ ਹਰ ਸਮੇਂ ਤੇਰੇ 'ਤੇ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਹਾਂ। ਸੋਢੀ ਸੁਲਤਾਨ ਦਿਆ ਹੱਥ ਦੇ ਨਿਸ਼ਾਨ ਤੇਰਾ, ਦਰਸ਼ਨਾਂ ਦੇ ਦਾਨ ਨਾਲ ਰੂਹਾਂ ਸਰਸਾਰ ਹੋਣ, ਸੰਗਤਾਂ ਨਿਹਾਲ ਹੋਣ, ਚੁਣੇ ਇਕਬਾਲ ਹੋਣ, ਅਰਬ ਖਰਬ ਤੇਰੇ ਸ਼ਰਧਾਲੂ ਪਵਿੱਤਰ ਪਰਿਵਾਰ ਹੋਣ, ਘਰ ਘਰ ਅੰਦਰ ਤੇਰੀ ਧਰਮਸਾਲ ਹੋਵੇ, ਨਾਮ ਉਪਦੇਸ਼ ਹਰ ਸੀਨਿਓਂ ਉਚਾਰ ਹੋਣ, ਜੁਗੋ ਜੁਗ ਹੇਤ ਤੇਰੀ ਖਰੀ ਟਕਸਾਲ ਚੱਲੇ, ਸੰਗਤਾਂ ਦੇ ਵਿਹੜੇ ਤੇਰੇ ਪਾਠ ਨਾਲ ਪਾਰ ਹੋਣ। ਪ੍ਰਸੰਗ ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਇਤਿਹਾਸ ਪੁਸਤਕ ਵਿੱਚ ਦਰਜ ਧਨੀ ਰਾਮ ਚਾਤਰਿਕ ਦੀ ਕਵਿਤਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਰੂਪ ਗ੍ਰੰਥ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਗਾਈ ਹੈ। ਵਿਆਖਿਆ ਕਵੀ ਕਹਿੰਦਾ ਹੈ, ਹੇ ਗੁਰੂ ਗ੍ਰੰਥ ਸਾਹਿਬ ਜੀ, ਤੂੰ ਸੋਢੀ ਸੁਲਤਾਨ, ਗੁਰੂ ਅਰਜਨ ਦੇਵ ਜੀ ਦੇ ਹੱਥਾਂ ਦਾ ਨਿਸ਼ਾਨ ਹੈ। ਤੈਨੂੰ ਉਹਨਾਂ ਨੇ ਹੱਥਾਂ ਨੇ ਸਿਰਜਿਆ ਹੈ। ਮੇਰੀ ਇੱਛਾ ਕਰਦਾ ਹਾਂ ਕਿ ਹਮੇਸ਼ਾ
ਹੀ ਤੇਰੇ ਦਰਸ਼ਨਾਂ ਦੇ ਦਾਨ ਨਾਲ ਮਨੁੱਖ ਦੀਆਂ ਰੂਹਾਂ ਭਰਪੂਰ ਰਹਿਣ। ਸੰਗਤਾਂ ਸਦਾ ਤੇਰੇ ਦਰਸ਼ਨ ਕਰਕੇ ਆਤਮਿਕ ਖੁਸ਼ੀ ਪ੍ਰਾਪਤ ਕਰਦੀਆਂ ਰਹਿਣ। ਤੇਰੀ ਸ਼ਾਨ ਦੁੱਗਣੀ ਚੌਗਣੀ ਹੋਵੇ ਅਤੇ ਤੇਰੇ ਸ਼ਰਧਾਲੂਆਂ ਦਾ ਪਹਿਰਾਵਾ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਹੋਵੇ। ਘਰ ਵਾਰ ਵਿੱਚ ਤੇਰੀ ਬਾਣੀ ਦਾ ਉਚਾਰਨ ਕਰਦਿਆਂ ਜੀਵਨ ਜੀਵਿਆ ਜਾਵੇ। ਤੇਰੇ ਦੁਆਰਾ ਦਿੱਤਾ ਨਾਮ ਉਪਦੇਸ਼ ਦਾ ਉਚਾਰਨ ਹਰ ਹਿਰਦੇ ਵਿੱਚ ਹੁੰਦਾ ਹੋਵੇ। ਹਰ ਯੁੱਗ ਵਿੱਚ ਤੇਰੇ ਨਾਮ ਉਪਦੇਸ਼ ਦੀ ਸੱਚੀ ਟਕਸਾਲ ਚੱਲਦੀ ਰਹੇ ਅਤੇ ਤੇਰੇ ਪਾਠ ਨਾਲ ਸੰਗਤਾਂ ਦੇ ਵਿਹੜੇ ਸਦਾ ਪਾਰ ਹੁੰਦੇ ਰਹਿਣ। ਦਾਤਾ ਤੇਰੇ ਦੁਆਰ 'ਤੇ ਭਿਖਾਰੀ ਦਾਤ ਮੰਗਦੇ ਨੇ। ਤੇਰੀ ਸ਼ੁੱਧ ਬਾਣੀ ਦਸ ਦੀ ਵੀ ਪ੍ਰਚਾਰ ਹੋਵੇ। ਤੇਰੇ ਚਰਨਾਂ ਨਾਲ ਪ੍ਰੀਤਮਾ ਅਡੋਲ ਰਹੇ। ਮੇਰੇ ਦਿਲਦਾਰ ਦਾ ਹਜ਼ਾਰ ਸਤਿਕਾਰ ਹੋਵੇ। ਸੁਬਾ ਨਿੱਤ ਖਿੜੇ ਪਰਿਵਾਰ ਦੀ ਬਹਾਰ ਨਾਲ ਦਰਸ਼ਨਾਂ ਦੇ ਵਿੱਚ ਤੇਰਾ ਜੀਵਨ ਸੰਚਾਰ ਹੋਵੇ। ਦਰਸ਼ਨਾਂ ਨੂੰ ਆਈ ਸਾਰੀ ਸੰਗਤ ਨਿਹਾਲ ਹੋਵੇ। ਚਾਤਰਕ ਦਾ ਚਿੱਤ ਤੇਰਾ ਝਾੜੂ ਬਰਦਾਰ ਹੋਵੇ। ਪ੍ਰਸੰਗ ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਧਨੀ ਰਾਮ ਚਾਤਰਕ ਦੀ ਕਵਿਤਾ ਗੁਰੂ ਰੂਪ ਗ੍ਰੰਥ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਗਾਈ ਹੈ। ਵਿਆਖਿਆ ਕਵੀ ਕਹਿੰਦਾ ਹੈ, ਹੇ ਗੁਰੂ ਸਾਹਿਬ ਜੀ, ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ਅਤੇ ਤੇਰੇ ਪਾਸੋਂ ਸਦਾ ਇਹ ਬਖਸ਼ਿਸ਼ ਮੰਗਦੇ ਹਾਂ ਕਿ ਤੇਰੀ ਸ਼ੁੱਧ ਬਾਣੀ ਦਾ ਪ੍ਰਚਾਰ ਸਦਾ ਹੁੰਦਾ ਰਹੇ, ਤੇਰੇ ਚਰਨਾਂ ਨਾਲ ਮੇਰੀ ਪ੍ਰੀਤ ਹਮੇਸ਼ਾ ਸਥਿਰ ਰਹੇ ਅਤੇ ਮੇਰੇ ਇਸ ਦਿਲ ਦੇ ਪਿਆਰੇ ਧਰਮ ਗ੍ਰੰਥ ਦਾ ਹਰ ਥਾਂ ਹਜ਼ਾਰ ਹਜ਼ਾਰ ਸਤਿਕਾਰ ਹੋਵੇ। ਮੇਰਾ ਇਹ ਉਪਦੇਸ਼ ਦੇਸ਼ ਤੇਰਾ ਸਤਿਕਾਰ ਕਰਨ ਵਾਲਿਆਂ ਦੇ ਪਰਿਵਾਰ ਨਾਲ ਖੁਸ਼ੀਆਂ ਅਤੇ ਖੁਸ਼ਹਾਲੀ ਮਾਣਦਾ ਰਹੇ ਅਤੇ ਉਸਦੀ ਆਤਮਾ ਵਿੱਚ ਤੇਰੀ ਬਖਸ਼ ਨਾਲ ਹਮੇਸ਼ਾ ਜੀਵਨ ਸੰਚਾਰ ਹੁੰਦਾ ਰਹੇ। ਤੇਰਾ ਦਰਸ਼ਨਾਂ ਨੂੰ ਆਉਣ ਵਾਲੀ ਸਾਰੀ ਸੰਗਤ ਹਮੇਸ਼ਾ ਦਿਲੋਂ ਮਨੋਂ ਖੁਸ਼ ਹੋ ਜਾਵੇ।
ਅਤੇ ਮੇਰਾ ਮਨ ਹਮੇਸ਼ਾ ਤੇਰੇ ਦਰ ਉੱਤੇ ਝਾੜੂ ਫੇਰਨ ਵਾਲਾ ਬਣਿਆ ਰਹੇ। ਇਹ ਸੀ ਮਹੱਤਵਪੂਰਨ ਵੀਡੀਓ ਧਨੀ ਰਾਮ ਚਾਤਰਕ ਜੀ ਨਾਲ ਸੰਬੰਧਿਤ। ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰ ਦਿਓ, ਲਾਈਕ ਕਰਿਓ, ਬੈੱਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ ਜੀ।